इस वक्त आपां पहुंचे हैं कुठाले पिंड दे एक सथ दे विच जिथे पिंड दे काफ़ी नौजवान बजुर्ग छोटे वड्डे खड़े ने। आपां इन्हां नाल गलबात करांगे। बाई जी नाम की तुहाडा? जोरा सिंह जी। जोरा सिंह जी, जिहड़े तुहाडे पिंड च गुरमेल सिंह इत्थे इंसान सी, पैसे इकट्ठे कर रहा सी लोकां तों, ओह काम सही कर रहा सी जां गलत सी? गलत। किन्ने जे आपां पैसे दी गल करिए, ਤੁਸੀਂ ਕੋਈ ਪੈਸਾ ਜਮ੍ਹਾਂ ਕਰਾਇਆ ਉੱਥੇ ਉਹਦੇ ਲਵੇ? ਹਾਂਜੀ, 80,000 ਰੁਪਇਆ ਸਾਡਾ। 80,000? ਬਾਕੀ ਨਾ ਮੇਰੀਆਂ ਭੈਣਾਂ ਦੇ ਪੈਸੇ, ਸਾਰੇ ਪੈਸੇ ਲਾ ਕੇ ਮੰਗਾਓ, 2.5 ਲੱਖ ਤਾਂ ਸਾਡਾ ਹੀ ਆ। ਆਹ ਖੜਾ ਕੋਈ ਨਹੀਂ, ਉਹ ਤਾਂ ਮੇਰੀ ਬਰਬਾਦੀ ਹੋਈ, ਆਪੇ ਦੱਸੂਗਾ ਜੀ। ਮੰਗਾਓ, 2.5 ਲੱਖ ਤਾਂ ਸਾਡਾ, ਮੇਰੀਆਂ ਭੈਣਾਂ ਸਾਣੇ ਲਾ ਕੇ ਵਿੱਤੀ ਮੇਰਾ ਸਲਾ ਕੇ, 2.5 ਲੱਖ ਤਾਂ ਸਾਡਾ ਹੀ ਆ। ਇਹ ਖਾਧਾ ਕਿਹਨੇ ਆ? ਨਾਰੇ ਹੋਣਾ ਨੇ, ਠੀਕ ਹੈ, ਜੈਬ ਨੇ, ਜ਼ਿੰਮੇਵਾਰ ਜ਼ਿੰਮੇਵਾਰ ਹੈਗਾ ਨਾ ਜੈਬ ਤੇ, ਇਹ ਕੀ ਆ ਉਹਦਾ ਨਾਮ? ਹਾਕਮ। ਹਾਕਮ, ਹਾਕਮ ਪੈਸੇ ਭਰਦੇ ਸੀ ਵੀ ਉਹ ਲਿਖਦੇ ਸੀ ਇੱਕਣ ਵੀ ਅਸੀਂ ਭਾਈ ਇਹ ਬਾਬੇ ਦੇ ਨਾਂ ਤੇ ਪੈਸੇ ਭਰਾਉਣੇ। ਅਖੰਡ ਪਾਠ ਪ੍ਰਕਾਸ਼ ਮਕਾਓਗਾ, ਰੁਪਈਆ ਸਾਰਾ ਇੰਨਾ ਕੋਲ ਆ ਬਾਬੇ ਦੇ ਨਾਂ ਤੇ, ਅਸੀਂ ਵੱਧ ਨਹੀਂ ਕਹਿ ਸਕਦੇ, ਰੁਪਈਏ ਸਾਰੇ ਕਮੇਟੀ ਵਾਲੇ ਕੋਲ ਨੇ। 10 ਗੁਣਾ ਕਰਕੇ, ਹਾਂ ਕਹਿੰਦੇ ਸੀ 10 ਗੁਣਾ ਕਰਕੇ ਦੇਵਾਂਗੇ। ਜੇ ਕਹਿ ਲਈਏ ਜਾਣੀ ਬਾਬੇ ਨਾਲੋਂ ਜ਼ਿਆਦਾ ਦੋਸ਼ੀ ਤੁਹਾਡੇ ਮੁਤਾਬਕ ਕਮੇਟੀ ਵਾਲੇ ਨੇ? ਨਾ, ਕਮੇਟੀ ਵਾਲੇ ਨੇ ਜੀ। ਤੁਹਾਡੇ ਸੁਣਨ ਦੇ ਵਿੱਚ ਇੱਕ ਸਹੀ ਹਿਸਾਬ ਕਿਤਾਬ ਨਾਲ ਕਿੰਨਾ ਕੁ ਪੈਸਾ ਲੱਗਦਾ ਇਸ ਬੰਦੇ ਨੇ ਇਕੱਠਾ ਕਰਿਆ? ਸੁਣਨ ਦੇ ਹਿਸਾਬ ਨਾਲ, ਸਾਡੇ ਹਿਸਾਬ ਦੇ ਨਾਲ, ਸੁਣਨ ਦੇ ਨਾਲ ਜੀ, ਅਸੀਂ ਉੱਥੇ ਪੜ੍ਹਿਆ ਵੀ ਆ 60,000 ਦੇ ਲਵੇ ਤਾਂ 3,000 ਵਾਲੇ ਦੀ ਗਿਣਤੀ ਹੈ, ਬਾਕੀਆਂ ਦਾ ਮੈਨੂੰ ਪੱਕਾ ਪਤਾ ਨਹੀਂ। ਅੱਛਾ, 60,000 ਉਹ ਲੋਕ ਨੇ ਜਿਨ੍ਹਾਂ ਨੇ 3,000 ਰੁਪਏ ਦਿੱਤਾ ਇੱਕ ਬੰਦੇ ਨੇ? ਹਾਂਜੀ ਹਾਂਜੀ, ਪਰ ਬੰਦਾ 3,000 ਰੁਪਇਆ। 60,000 ਦੇ ਲਵੇ ਤਾਂ ਓਏ ਮੇਰੇ ਦੇ ਲੱਖ ਵਾਲੇ, ਆਪਦੀ ਸੋਚ ਦੇ ਮੁਤਾਬਕ ਇਹਦੇ ਕੋਲ ਅਰਬਾਂ ਦੇ ਹਿਸਾਬ ਨਾਲ ਰੁਪਈਆ, ਕਰੋੜਾਂ 'ਚ ਨਹੀਂ, ਅਰਬ ਤੇ ਰੁਪਈਆ ਕੰਮ ਪਹੁੰਚਿਆ ਹੋਇਆ। 100 ਕਰੋੜ ਮੰਗੋ। ਅੱਛਾ, ਹਾਂਜੀ ਹਾਂਜੀ, ਅਰਬਾਂ ਰੁਪਈਆ, ਠੀਕ, ਅਰਬਾਂ 'ਚ ਨਾਰੇ ਹੋਣਾ ਕੋਲੇ ਆ, ਕਮੇਟੀ ਵਾਲੇ ਕੋਲੇ ਆ, ਬਾਬੇ ਕੋਲੇ ਆ, 40 ਲੱਖ ਰੁਪਈਆ ਬੰਦੇ ਲੈ ਕੇ ਬਾਬੇ ਕੋਲੇ ਪਏ ਨੇ, ਮੇਰੇ ਉੱਤੇ ਮਾਰਦੀ ਜਾਂ ਲੋ, ਠੀਕ ਆ। ਅਸੀਂ ਆਪ ਉੱਥੇ ਕਮੇਟੀ ਚਲਾਈ ਆ, ਗਰਮੇਲ ਸਿੰਘ ਨੇ ਇਹਦੇ ਸਾਡੇ ਜੇ ਨਾਲ ਜਾ ਹੁੰਦਾ ਸੀ, ਉਹਨੇ ਚੋਕ ਕਮੇਟੀ ਨਾਲ ਚੱਲਦੀ, ਲੋਕਾਂ ਨਾਲ ਠੱਗੀ ਨਾ ਹੁੰਦੀ, ਠੀਕ ਹੈ। ਇਹ ਸਾਰੀ ਜ਼ਿੰਮੇਵਾਰ ਗੁਰਦੁਆਰਾ ਪ੍ਰਬੰਧਕ ਦਾ ਜਵਾਬ ਦਾ ਗੋਹਾ ਗੁੜਾ, ਸਾਡੇ ਪਹਿਲਾਂ ਇਹ ਸਾਰਾ ਕੁਝ ਲੋਕਾਂ ਨਾਲ ਠੱਗੀ ਇਹਨਾਂ ਨੇ ਮਰਵਾਈ। ਜਿਹੜੀ ਮਤਲਬ ਇਹ ਨਾਰੇ ਨੇ, ਮੈਂ ਗੱਲ ਕਰਦਾ, ਨਾਰਾ ਕਹਿੰਦਾ ਮੇਰੇ ਕੋਲੇ ਹੈ ਨਹੀਂ ਜੀ ਕੁਛ, ਜਿਹੜਾ ਰਣਜੀਤ ਬਾਬਾ ਮੂਹਰੇ ਆ ਉੱਥੇ ਅਕਾਲਗੜ੍ਹ, ਉਹਦੇ ਨਾਲ ਮੇਰੀ ਫੋਨ 'ਤੇ ਗੱਲ ਹੋਈ ਹੈਗੀ। ਅੱਛਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਬਾਬਾ ਜੀ ਮੈਂ ਇੱਥੇ ਕਿਵੇਂ ਚੱਲ ਰਿਹਾ ਕੰਮ? ਕਹਿੰਦਾ ਇੱਥੇ ਬਹੁਤ ਵਧੀਆ ਚੱਲ ਰਿਹਾ, ਅਤੇ ਮੈਂ ਕਿਹਾ ਵੀ, ਕਹਿੰਦਾ ਤੁਹਾਡੇ ਪਿੰਡ, ਤੁਹਾਡੇ ਪਿੰਡ ਦੇ ਬੰਦੇ ਨੇ ਖਰਾਬ ਕਰਤਾ। ਮੈਂ ਕੀ ਨੇ? ਕਹਿੰਦਾ ਤੁਹਾਡੇ ਕਮੇਟੀ ਵਾਲੇ ਇੱਕ ਨਾਰੇ ਨੇ ਅਤੇ ਇੱਕ ਜੈਬੇ ਨੇ, ਇੱਕ ਹਾਕਮ ਨੇ। ਮੈਂ ਕਿਹਾ ਵੀ ਉਹ ਕਿਵੇਂ? ਕਹਿੰਦਾ ਜਿੱਦੇ ਬਾਬਾ ਦਾਖਲ ਹੋਇਆ ਉਹਦੇ 18 ਕਰੋੜ ਰੁਪਈਆ ਇੱਥੇ ਮਤਲਬ ਪਿਆ ਸੀਗਾ। ਅੱਛਾ, ਹਾਂ, ਗੁਰਦੁਆਰਾ ਸਾਹਿਬ ਉਹ ਜਦੋਂ ਦਾਖਲ ਹੋਇਆ ਤਾਂ 9 ਕਰੋੜ ਰੁਪਈਆ ਥੈਲਾ ਇੱਕ ਜੈਬੇ ਨੂੰ ਚੁਕਾਇਆ ਉਹਨੇ, ਇੱਕ ਚੁਕਾਇਆ ਨਾਰੇ ਨੂੰ, ਠੀਕ ਹੈ ਜੀ। 18 ਕਰੋੜ ਰੁਪਈਆ ਮਤਲਬ ਇਹਨਾਂ ਕੋਲ, ਉਹਦੇ ਉਦੋਂ ਬਾਅਦ 'ਚ ਸਾਰਾ ਕੰਮ ਤਾਂ ਹੀ ਗੈਪ ਹੋ ਗਿਆ। 18 ਕਰੋੜ ਰੁਪਈਆ ਇੱਕ ਦਿਨ ਦੀ ਮਤਲਬ ਇੱਥੇ ਕਲੈਕਸ਼ਨ। ਇਹ ਜਿਹੜੀ ਚਾਸੋ ਵਾਲਾ ਕਾਲਗੜ੍ਹ ਗੁਰਦੁਆਰੇ 'ਚ ਭਾਈ ਰਣਜੀਤ ਸਿੰਘ, ਜਿਹੜਾ ਨਿਰਮਲ ਸਿੰਘ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ, ਇੱਕੋ ਬੰਦਾ? ਦੋਨੇ ਨਾਂ ਉਹਦੇ ਇੱਕ ਦੇ ਨੇ, ਇੱਕ ਬੰਦੇ ਦੇ ਦੋ ਨਾਂ ਨੇ? ਹਾਂਜੀ ਹਾਂ ਹਾਂਜੀ, ਠੀਕ ਹੈ। ਹਾਂਜੀ, ਨਿਰਮਲ ਸਿੰਘ ਵੀ ਅਤੇ ਬਾਕੀ ਰਣਜੀਤ ਸਿੰਘ ਉਹਦੇ ਨਾਂ ਨੇ। ਇੱਕ ਜਿਵੇਂ ਭਾਈ ਸਾਹਿਬ, ਤੁਹਾਡਾ ਨਾਮ ਕੀ ਹੈ? ਨਿਰਭੈ ਸਿੰਘ ਜੀ। ਜਿਵੇਂ ਆਪਾਂ ਨੂੰ ਨਿਰਭੈ ਸਿੰਘ ਨੇ ਦੱਸਿਆ, ਜਿਹੜਾ ਚਾਸੋਵਾਲ ਗੁਰਦੁਆਰਾ ਭਾਦਸੋਂ ਦੇ ਨੇੜੇ ਹੈ, ਸ਼੍ਰੀ ਅਕਾਲਗੜ੍ਹ ਗੁਰਦੁਆਰਾ ਸਾਹਿਬ ਦਾ ਨਾਮ ਹੈ, ਉੱਥੇ ਜਿਹੜਾ ਇੰਟਰਵਿਊ ਦੇ ਵਿੱਚ ਆਪਾਂ ਸਭ ਨੇ ਸੁਣਿਆ ਹੋਣਾ, ਉਹ ਆਪਣਾ ਨਾਮ ਭਾਈ ਰਣਜੀਤ ਸਿੰਘ ਦੱਸ ਰਹੇ ਨੇ, ਪਰ ਨਿਰਭੈਰ ਸਿੰਘ ਦੇ ਦੱਸਣ ਮੁਤਾਬਕ ਉਹਦਾ ਅਸਲੀ ਨਾਮ ਨਿਰਮਲ ਸਿੰਘ, ਦੋ ਨਾਮ ਨੇ। ਅਤੇ ਇਹਨਾਂ ਨੂੰ ਉਸਨੇ ਦੱਸਿਆ ਕਿ 18 ਕਰੋੜ ਰੁਪਈਆ ਥੈਲਿਆਂ 'ਚ ਪਾ ਕੇ ਦੋ ਬੰਦੇ ਲਿਆਏ ਨੇ ਕੁਠਾਲੇ ਪਿੰਡ ਦੇ। ਹਾਂਜੀ ਹਾਂਜੀ, ਨਾਰਾ ਅਤੇ ਇੱਕ ਆਪਣੇ ਅਜੈਬ ਸਿੰਘ, ਤੁਹਾਡਾ ਪਿੰਡ ਇਹੀ ਕੁਠਾਲਾ? ਹਾਂਜੀ ਹਾਂਜੀ, ਬਿਲਕੁਲ ਜੀ, ਕੁਠਾਲੇ ਪਿੰਡ, ਗੁਰਮੇਲ ਸਿੰਘ ਦੇ ਪਰਿਵਾਰ ਹੈ ਉਹ ਕਹਿ ਰਿਹਾ ਕਿ ਪਿੰਡ ਦੇ ਵਿੱਚ 20-20 ਲੱਖ ਦੀਆਂ ਗੱਡੀਆਂ ਆ ਗਈਆਂ, ਸਾਡੇ ਕੋਲ ਕੁਛ ਨੀ, ਉਹਨਾਂ ਨੇ ਪੈਸਾ ਬਹੁਤ ਬਣਾਇਆ, ਗੱਡੀ ਵੀ ਲਿਆਇਆ ਕੋਈ ਬੰਦਾ, ਉਹ ਕਹਿ ਰਿਹਾ ਗੱਡੀਆਂ ਲੈ ਕੇ ਨੀ, ਹਾਕਮ ਕੋਲੇ ਆ, ਜੈਬੇ ਕੋਲੇ ਆ, ਤੇ ਬਾੜੀਆਂ ਵੀ ਪਵਾਈਆਂ ਨੇ, ਬਹੁਤ ਕੁਛ ਕੀਤਾ, ਬਾੜੀਆਂ ਪਵਾਈਆਂ ਨੇ, ਉਹਦੀ ਮਾਂ ਨੇ, ਹਾਕਮ ਸਿੰਘ ਦੀ ਮਾਂ ਨੇ ਬਾਲੀਆਂ ਪਵਾਈਆਂ ਨੇ, ਮੈਥੋਂ ਪਛਾਣ ਲਓ ਜਿੰਨਾ ਮਰਜ਼ੀ, ਜਿੱਥੇ ਮਰਜ਼ੀ ਠੋਕ ਕੇ ਕਰਾ ਲਓ ਗੱਲ। ਤੁਸੀਂ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਲਾਲ ਮੁਹੰਮਦ ਆ ਜੀ, ਮੇਰਾ ਪਿੰਡ ਕੁਠਾਲਾ ਸਿੱਧੀ ਗਿਆ, ਮੈਂ ਆਪਣੇ ਇੱਥੇ ਆਪਦੀ ਕੁੜੀ ਦੇ ਵਿਆਹ ਦੇ ਪੈਸੇ ਜਿਹੜੇ ਇਕੱਠੇ ਕੀਤੇ ਸੀ ਉਹ ਲਾਏ ਮੈਂ ਗੁਰੂ ਘਰ।
कुछ नहीं फिर राम सिंह कमेटी मैंबर मैं बेनती की जब असि उत्थे गए ते नार सिंह हाकम सिंह एक अपने अजायब सिंह एक अपने नार सिंह का मुंडा है रिटायर फौजी बैंक ड्यूटी करता SBI च पर वो जानी इतने परचियां कटता हूँ सी इतने बह के उत्थे ड्यूटी दिता नहीं दिता तो कैमरे में होगा जो इन्हें डिलीट ना किया है उत्थे जब मैं उन्होंने कहा महा मेरी कुड़ी का ब्याह मैं किन्ने दिन आके हाँ छोड़े को बेनती की है की गल की है क्यों नहीं पैसे देंगे तुम गंदी सोच वाले बंदे ताही आ कमेटी चलाई ताही इन्होंने घर भरे जे सच्ची सोच वाले होंगे है कि गरीबों नहीं लुटते पैसा गरीबों का ही लगे पढ़े कि मैं बहु मैटर की समझो जी मैट्रिक दे हिसाब नाल जे वेख्या जाए तुहानू इह लगदा सी वी इस तरह संभव है वे जिवें तुसीं इन्नी रकम दित्ती मैं संदाहदा मैनू एक मेरे दोस्त ने फसाया जो कमेटी जा हाकम सिंह मैं उत्थे टूटियां दा कम करन गया सीगा एवें सुन कहदा उस दरबार साहिब च उत्थे ओह कहिंदा वी हुण बहिंदी गंगा छत्त धो लै महां वी गल सुण हाकम सिंह तूं पढ़िया पिया हैं पर इह कम नहीं हैं कहिंदा मैं जिम्मेवार हां ओह आपदे घर भर के सीधी गल हुण हाकम सिंह हैं ना नारे ते जैबे ने ते ओहदे मुंडे ने बहुतिया अपने जिस तरह सर कह रहे ने कि असी बहुत वड्डी गिणती विच लोकां दे इलाज करवाए ने मुफ्त इलाज वाले लोक बिल्कुल झूठ बोलदे किसे दा इलाज नहीं होया कुड़ियां दे ब्याह पिंड दे विच कोई बंदा दिखाओ जिहदा इलाज होया होवे जां किसे कुड़ी दा ब्याह कीता होवे इह तां सिर्फ कमेटी ने उहनूं इजाजत दित्ती बाबे नूं तां उहने कमेटी चलाई तां लोकां दे रुपये लगे तां लोक फसे ने ते लोकां नाल ठगी होई है जी 100% ठगी हुई है ठीक है कोई सच्चाई दे विच बिल्कुल ठगी है इहदे जिम्मेवार आ जिहड़ी ओह सारी गुरुद्वारा प्रबंधक कमेटी आ जे नाजायज़ ने दित्ता इह कम जाओ ते मैं गलबात ओ सारे बोल देने जिस तरह भाई साहब दी जिहड़ी ओहदी इक पत्नी है ओह हरजिंदर कौर ओह इक मीडिया दे विच ही कह रही है कि मेरे नाम कोई जायदाद नहीं कुछ नहीं हैगा पर ओह कह भी रही है कि मेरे नाल किसी ने धक्के नाल लवाई सी ਤੁਸੀਂ ਮੰਨਦੇ ਹੋ ਕਿ ਧੱਕੇ ਨਾਲ ਕਿਸੇ ਦੇ ਨਾਮ ਜ਼ਮੀਨ ਲੱਗ ਧੱਕੇ ਨਾਲ ਕੌਣ ਕਰਾ ਦੂਗਾ ਜੀ ਕਿਸੇ ਦੇ ਨਾਮ ਕਰੋੜਾਂ ਰੁਪਏ ਦੀ ਪ੍ਰਾਪਰਟੀ ਵੀ ਕਰਾ ਦੂ ਥੱਪੜ ਮਾਰ ਕੇ ਮੇਰੇ ਮੇਰੇ ਨਾਲ ਕਰਾ ਦੇਵੋਗੇ ਤੁਸੀਂ ਮੇਰੇ ਨਾਲ ਪ੍ਰਾਪਰਟੀ ਕਰਵਾ ਸਕਦੇ ਹੋ ਧੱਕੇ ਨਾਲ ਨਹੀਂ ਇਹੀ ਗੱਲ ਮੇਰੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਕਰਵਾ ਸਕਦੇ ਹੋ ਜੇ ਤੁਸੀਂ ਨਹੀਂ ਕਰਵਾ ਸਕਦੇ ਤਾਂ ਉਹਦੇ ਨਾਮ ਨਹੀਂ ਕਰਾ ਸਕਦਾ ਕੋਈ ਜੀ ਅੱਜ ਮੈਂ ਇਹਦੇ ਨਾਲ ਗਏ ਪੰਚਾਇਤ ਮੈਂਬਰ ਆਏ ਸਾਬਕਾ ਜੀ ਅਸੀਂ ਬਾਬੇ ਨੂੰ ਕਈ ਰਿਕੁਐਸਟਾਂ ਕਰੀਆਂ ਵੀ ਬਾਬਾ ਜੀ ਇਹਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਵੀ ਚਲੋ ਜੇ ਬਾਲੇ ਨਹੀਂ ਤਾਂ ਥੋੜੇ ਬਹੁਤੇ ਪੈਸੇ ਦੇ ਦਿਓ ਵੀ ਚਲੋ ਜੇ ਨਹੀਂ ਪੈਸੇ ਹੈਗੇ ਤੁਸੀਂ ਧਾਰ ਕਿਸੇ ਤੋਂ ਸਿੱਧਾ ਸੁਧਾ ਲੈ ਕੇ ਦੇ ਦਿਓ ਵੀ ਤੁਸੀਂ ਫਿਰ ਵੀ ਗੁਰੂ ਕਿੰਨੇ ਪੈਸੇ ਸਨ ਜਿਵੇਂ 75,000 ਸੀ ਇਹਨਾਂ ਦਾ ਫਿਰ ਬਾਬੇ ਨੇ ਵੀ ਰਿਕੁਐਸਟ ਕਰੀ ਵੀ ਚੱਲ ਕੁਛ ਕੱਟ ਕੇ ਦੇ ਦਿਓ ਜੀ ਕੋਈ ਸੌਦਾ ਦਵਾ ਦਿਓ ਵੀ ਇਹਦਾ ਤੁਸੀਂ ਵੀ ਮੰਨਿਓ ਵੀ ਤੁਸੀਂ ਵੀ ਵਿਆਹ ਕਰਤਾ ਅਸੀਂ ਇਹਨਾਂ ਦੀ ਅਸੀਂ ਇਹਨਾਂ ਦੀ ਗੱਲ ਨੂੰ ਕੱਟ ਕੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹ ਰਿਹਾ ਵੇਖੋ ਇੱਕ ਗਰੀਬ ਇਨਸਾਨ ਹੈ ਇਹਦੀ ਬੇਟੀ ਦਾ ਵਿਆਹ ਹੈ 75,000 ਰੁਪਏ ਇਹਨਾਂ ਨੇ ਦਿੱਤਾ ਜਿਵੇਂ ਬਾਬਾ ਕਹਿ ਰਿਹਾ ਸੀ ਕਿ ਮੈਂ ਤੁਹਾਨੂੰ 10 ਗੁਣਾ ਕਰਕੇ ਦੇਵਾਂਗਾ ਅੱਜ ਇਹਨਾਂ ਦੀ ਬੇਟੀ ਜਵਾਨ ਜਿਹੜੀ ਹੈ ਘਰੇ ਬੈਠੀ ਹੈ ਵਿਆਹ ਤੋਂ ਬੈਠਾ ਹੈ ਵਿਆਹ ਨਹੀਂ ਬੰਦਾ ਕਰ ਸਕਦਾ ਅਤੇ ਇਹ ਬੰਦਿਆਂ ਨੂੰ ਕੋਈ ਅਸਟਾਮ ਵਾਲੀ ਗੱਲ ਨਹੀਂ ਸਿਰਫ ਪੈਸੇ ਵਧੇਰੇ ਬਣਾਉਣ ਦਾ ਲਾਲਚ ਦਿੱਤਾ ਗਿਆ ਸੀ ਇਹ ਬੰਦਾ ਆਪਣੀ ਧੀ ਨੂੰ ਅੱਜ ਘਰ ਬਿਠਾਈ ਬੈਠਾ ਜਿਸ ਨੂੰ ਹੁਣ ਤੱਕ ਜਿਹਦੀਆਂ ਤਲੀਆਂ ਪੀਲੀਆਂ ਹੋ ਚੁੱਕੀਆਂ ਹੋਣੀਆਂ ਚਾਹੀਦੀਆਂ ਸਨ ਪਰ ਉਹ ਆਪਣੇ ਘਰ ਬੈਠੀ ਹੈ ਬੜਾ ਸੋਚਣ ਵਾਲੀ ਗੱਲ ਹੈ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਾਂਗੇ ਇਸ ਆਪਣੇ ਚੈਨਲ ਤੋਂ ਪੋਲੀਟਿਕ ਲਾਈਵ ਤੋਂ ਪ੍ਰਸ਼ਾਸਨ ਨੂੰ ਇਸ ਏਰੀਏ ਦੇ SSP ਸਾਹਿਬ ਨੂੰ ਕਿ ਇਸ ਮੁੱਦੇ ਦੀ ਤਹਿ ਤੱਕ ਜਾਇਆ ਜਾਵੇ ਆਖਿਰ ਕੌਣ ਸਹੀ ਹੈ ਕੌਣ ਗਲਤ ਹੈ ਜਾਇਦਾਦ ਕਿੰਨੀ ਕਿੰਨੇ ਬਣਾਈ ਹੈ ਅਤੇ ਇਹ ਜਿਹੜਾ ਇੱਕ ਪ੍ਰੋਪੇਗੰਡਾ ਕੀਤਾ ਗਿਆ ਇੱਥੇ ਕਾਫੀ ਲੋਕ ਜਾਣਦੇ ਹੋਣਗੇ ਕਿ ਅਸਟਾਮ ਵੀ ਬਾਬਾ ਲੈਂਦਾ ਸੀ ਨਾ ਪੈਸੇ ਜਦੋਂ ਲੈਂਦਾ ਸੀ ਲੋਕਾਂ ਤੋਂ ਇੱਕ ਪਰਚੀ ਦੇ ਪੈਸੇ ਪਰਚੀ ਸਾਈਨ ਕਰਾਉਂਦਾ ਸੀ ਅਸੀਂ ਕਿਸੇ ਵੀ ਬੰਦੇ ਨੇ ਅਸੀਂ ਸਹੁੰ ਚੱਕਣ ਨੂੰ ਤਿਆਰ ਹਾਂ ਕਿਸੇ ਵੀ ਬੰਦੇ ਨੇ ਗੁਰਦੁਆਰੇ ਵਾਸਤੇ ਕੋਈ ਦਾਨ ਨਹੀਂ ਕੀਤਾ ਜਿਹਨੇ ਵੀ ਰੁਪਈਏ ਲਾਏ ਨੇ ਉਹਨੇ ਸਿਰਫ ਲਾਲਚ ਦੇ ਵਾਸਤੇ ਵੀ ਸਾਨੂੰ ਵੱਧ ਰੁਪਈਏ ਦੇਣ ਦੇ ਲਾਲਚ ਦੇ ਵਿੱਚ ਸਾਨੂੰ ਫਸਾਇਆ ਗਿਆ ਕਿਸੇ ਨੇ ਗੁਰਦੁਆਰੇ ਦਾਨ ਨਹੀਂ ਦਿੱਤਾ ਚਲੋ ਵੇਖੋ ਜੀ ਇੱਕ ਗੱਲ ਹੋਰ ਜਿਹੜੀਆਂ ਪਿਛਲੀਆਂ ਇੰਟਰਵਿਊ ਦੇ ਵਿੱਚ ਜਾਂ ਆਪਣੇ ਨਾਲ ਵੀ ਇੰਟਰਵਿਊ ਦੇ ਵਿੱਚ ਭਾਈ ਗੁਰਮੇਲ ਸਿੰਘ ਨੇ ਗੱਲ ਕਰੀ ਸੀ ਕਿ ਮੈਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਨਾਮ ਦੇ ਉੱਪਰ ਇਹ ਜਿਹੜੀ ਰਕਮ ਲੈਣਾ 3,000 30,000 3 ਲੱਖ ਰੁਪਇਆ ਪਰ ਇੱਥੇ ਸਾਫ਼ ਪਿੰਡ ਦੇ ਲੋਕ ਖੜੇ ਨੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਸਿਰਫ ਪੈਸੇ ਵਧਾਉਣ ਵਾਸਤੇ ਪੈਸੇ ਲੈ ਗਏ ਸਨ ਇਹ ਕਹਿ ਰਹੇ ਨੇ ਕਿ ਅਸੀਂ ਅਖੰਡ ਪਾਠ ਵਾਸਤੇ ਨਹੀਂ ਦਿੱਤੇ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਇਹ ਤਾਂ ਸਿਰਫ ਉਹਨਾਂ ਦੀਆਂ ਫਾਰਮੈਲਟੀਆਂ ਨੇ ਜੀ ਜੋ ਉਹਨਾਂ ਨੇ ਕੀਤਾ ਉਹ ਸਿਰਫ ਫਾਰਮੈਲਟੀਆਂ ਨੇ ਹਰੇਕ ਸਰਕਾਰੀ ਮਹਿਕਮੇ ਦੇ ਵਿੱਚ ਵੀ ਕੀਤਾ ਜਾਂਦਾ
ਤੁਹਾਨੂੰ ਅਸੀਂ ਭਰਤੀ ਕਰਦੇ ਹਾਂ, ਤੁਸੀਂ ਹੜਤਾਲ ਨਹੀਂ ਕਰੋਗੇ, ਫਲਾਨਾ ਕਰੋਗੇ, ਉਹ ਫਾਰਮੈਲਿਟੀਆਂ ਹੁੰਦੀਆਂ ਨੇ, ਪਰ ਇਹਨਾਂ ਨੂੰ ਵੀ ਫਾਰਮੈਲਿਟੀਆਂ ਕੀਤੀਆਂ ਨੇ ਆਪਦੀਆਂ, ਪਰ ਰੁਪਈਆ ਕਿਸੇ ਨੇ ਗੁਰਦੁਆਰੇ ਵਾਸਤੇ ਕੋਈ ਦਾਨ ਨਹੀਂ ਦਿੱਤਾ, ਜਿਸ ਦਿਨ ਦੀ ਰੁਪਈਏ ਵਧਾਉਣ ਵਾਸਤੇ ਲੋਕਾਂ ਨੇ ਲਾਏ। ਤੁਸੀਂ ਤੁਹਾਡੇ ਸੁਣਨ ਦੇ ਵਿੱਚ ਇੱਕ ਸਹੀ ਹਿਸਾਬ ਕਿਤਾਬ ਨਾਲ ਕਿੰਨਾ ਕੁ ਪੈਸਾ ਲੱਗਦਾ ਇਸ ਬੰਦੇ ਨੇ ਇਕੱਠਾ ਕਰਿਆ? ਇਹਦੇ ਸੁਣਨ ਦੇ ਹਿਸਾਬ ਨਾਲ, ਸਾਡੇ ਹਿਸਾਬ ਦੇ ਨਾਲ ਸੁਣਨ ਦੇ ਨਾਲ ਜੀ, ਅਸੀਂ ਉੱਥੇ ਪੜਿਆ ਵੀ ਆ 60,000 ਦੇ ਲਵੇ ਤਾਂ 3,000 ਵਾਲੀ ਗਿਣਤੀ ਹੈ, ਬਾਕੀਆਂ ਦਾ ਮੈਨੂੰ ਪੱਕਾ ਪਤਾ ਨਹੀਂ। ਅੱਛਾ, 60,000 ਉਹ ਲੋਕ ਨੇ ਜਿਨ੍ਹਾਂ ਨੇ 3,000 ਰੁਪਏ ਦਿੱਤਾ ਇੱਕ ਬੰਦੇ ਨੇ? ਹਾਂਜੀ ਹਾਂਜੀ, ਹਰ ਬੰਦਾ 3,000 ਰੁਪਇਆ, 60,000 ਦੇ ਲਵੇ ਤਾਂ ਉਹ ਮੇਰੇ ਦੇ ਆਪਦੀ ਸੋਚ ਦੇ ਮੁਤਾਬਕ ਇਹਦੇ ਕੋਲ ਅਰਬਾਂ ਦੇ ਹਿਸਾਬ ਨਾਲ ਰੁਪਈਆ, ਕਰੋੜਾਂ ਚ ਨਹੀਂ, ਅਰਬ ਤੇ ਰੁਪਈਆ ਕੰਮ ਪਹੁੰਚਿਆ ਹੋਇਆ, 100 ਕਰੋੜ ਮੰਗੋ। ਲੋਕਾਂ ਨਾਲ ਠੱਗੀ ਨਾ ਹੁੰਦੀ, ਇਹ ਸਾਰੀ ਜ਼ਿੰਮੇਵਾਰ ਗੁਰਦੁਆਰਾ ਪ੍ਰਬੰਧਕ, ਘੋਸ਼ਣਾ ਪੱਤਰ ਲਏ ਨੇ, ਉਹਨਾਂ ਦੀ ਫਾਰਮੈਲਿਟੀ ਹੈ ਜੀ, ਨਾ ਕਿ ਸਾਡੇ ਵੱਲੋਂ ਦਾਨ ਕੀਤਾ ਗਿਆ। ਜਿਹੜਾ ਤੁਸੀਂ ਘੋਸ਼ਣਾ ਪੱਤਰ ਕਰਾਇਆ ਸੀ ਉਹ ਕਚਹਿਰੀਆਂ ਚੋਂ ਕਰਾ ਕੇ ਲਿਆ? ਕਚਹਿਰੀਆਂ ਇੱਥੇ ਸਾਈਨ ਕਰਾ, ਇੱਥੇ ਸੀ, ਇੱਥੇ ਸੀ। ਠੀਕ ਹੈ, ਇਹ ਵੇਖੋ ਇਹਨਾਂ ਦੀ ਇੱਕ ਖਾਸ ਜਿਹੜੀ ਨੋਟ ਕਰਨ ਵਾਲੀ ਗੱਲ ਹੈ ਕਿ ਇਹਨਾਂ ਤੋਂ ਘੋਸ਼ਣਾ ਪੱਤਰ ਲਿਆ ਗਿਆ, ਜਦੋਂ ਕਿ ਬਾਬਾ ਕਹਿੰਦਾ ਇਹਨਾਂ ਦੇ ਮੇਰੇ ਕੋਲ ਅਸਟਾਮ ਨੇ, ਬਾਬਾ ਇਹ ਗੱਲ ਕਹਿ ਰਿਹਾ ਕਿ ਮੇਰੇ ਕੋਲ ਅਸਟਾਮ ਨੇ, ਪਰ ਇਹ ਸਰਦਾਰ ਜੀ ਦੇ ਦੱਸਣ ਮੁਤਾਬਕ ਘੋਸ਼ਣਾ ਪੱਤਰ ਉਹ ਆਪ ਹੀ ਇੱਥੋਂ ਲੈ ਲੈਂਦੇ ਹਨ ਇਹਨਾਂ ਤੋਂ। ਹਾਂਜੀ, ਕੋਈ ਹੋਰ ਕੋਈ ਕੁਛ ਕਹਿਣਾ ਚਾਹੁੰਦਾ ਜੀ ਕਿਸੇ ਵਾਕਿਆਤ ਬਾਰੇ ਇਹਨਾਂ ਦੇ ਬਾਰੇ ਚ? ਵਾਕਿਆ ਤਾਂ ਇਹੀ ਹੈ ਜੀ, ਜੋ ਇਹਨਾਂ ਨੇ ਸਾਡੀ ਖਵਾਹਿਸ਼ ਇਹ ਸਾਈਨ ਕਰਵਾਏ ਨੇ ਉਹ ਇਹਨਾਂ ਦੀਆਂ ਫਾਰਮੈਲਿਟੀਆਂ ਨੇ, ਨਾ ਕਿ ਕਿਸੇ ਨੇ ਗੁਰਦੁਆਰੇ ਨੂੰ ਦਾਨ ਦਿੱਤਾ। ਲੋਕਾਂ ਨੇ ਸਾਰਿਆਂ ਰੁਪਈਏ ਵਧਾਉਣ ਵਾਸਤੇ ਰੁਪਈਏ ਲਾਏ ਨੇ, ਕਮੇਟੀ ਚਾਲੂ ਕੀਤੀ ਇਹਨਾਂ ਨੇ, ਇਹਨਾਂ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਇਜਾਜ਼ਤ ਦਿੱਤੀ ਤਾਂ ਕਮੇਟੀ ਚੱਲੀ ਆ, ਤਾਂ ਲੋਕਾਂ ਨਾਲ ਠੱਗੀ ਹੋਈ ਆ, ਇਹਦੀ ਸਾਰੀ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਆ। ਇਹਨਾਂ ਨੇ ਇਹਨਾਂ ਦੇ ਜਿਹੜੇ ਹੋਰ ਇੱਕ ਰੰਗੀਆਂ ਜਾਂ ਇੱਕ ਅਕਾਲਗੜ੍ਹ ਗੁਰਦੁਆਰਾ ਇੱਧਰ ਚਾਸਵਾਲ, ਉੱਥੇ ਵੀ ਇਹਨਾਂ ਨੇ ਡੇਰੇ ਬਣਾਏ ਨੇ, ਇਹ ਠੱਗੀ ਮਾਰਦੇ, ਜਿੱਥੇ ਤੱਕ ਜਾਂਦਾ ਠੱਗੀ ਮਾਰਦਾ। ਮੈਂ ਵੀ ਇਹ ਕਿਸੇ ਬੀਮਾ ਕੰਪਨੀ ਦੇ ਵਿੱਚ ਕੰਮ ਕਰਦਾ ਸੀ, ਉੱਥੇ ਵੀ ਇਹਨੇ ਠੱਗੀ ਮਾਰੀ, ਉੱਥੇ ਉਹਨਾਂ ਨੇ ਬੀਮਾ ਕੰਪਨੀ ਵਾਲਿਆਂ ਦਾ ਕਾਰੋਬਾਰ ਵੀ ਵਿਕਾ ਦਿੱਤਾ। ਅੱਛਾ, ਹਾਂਜੀ, ਇਹ ਪਹਿਲਾਂ ਤਾਂ ਠੱਗ ਹੈ ਜੀ, ਇਹ ਸਾਨੂੰ ਸਾਡੇ ਪਿੰਡ ਨੂੰ ਪਤਾ ਨਹੀਂ ਸੀ, ਸਾਡੇ ਪਿੰਡ ਦੇ ਲੋਕ ਫਸ ਗਏ, ਸਾਡਾ ਨਾਰੇ ਜੈ ਪੇ ਹਾਕਮ ਉਹਨਾਂ ਨੇ, ਇਹਨਾਂ ਨੇ ਕਹਿ ਕਹਾ ਕੇ ਕਰਾਇਆ ਸਾਰਾ ਕੁਝ, ਲੋਕਾਂ ਨਾਲ ਠੱਗੀ ਇਹਨਾਂ ਨੇ ਮਰਵਾਈ। ਜਿਹੜੀ ਮਤਲਬ ਇਹ ਨਾਰੇ ਨੇ, ਮੈਂ ਗੱਲ ਕਰਦਾ ਨਾਰਾ ਕਹਿੰਦਾ ਮੇਰੇ ਕੋਲ ਹੈ ਨਹੀਂ ਜੀ ਕੁਛ, ਜਿਹੜਾ ਰਣਜੀਤ ਬਾਬਾ ਮੂਹਰੇ ਆ ਉੱਥੇ ਅਕਾਲਗੜ੍ਹ, ਉਹਦੇ ਨਾਲ ਮੇਰੀ ਫੋਨ 'ਤੇ ਗੱਲ ਹੋਈ ਹੈਗੀ। ਅੱਛਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਬਾਬਾ ਜੀ ਮੈਂ ਇੱਥੇ ਕਿਵੇਂ ਚੱਲ ਰਿਹਾ ਕੰਮ? ਕਹਿੰਦਾ ਇੱਥੇ ਬਹੁਤ ਵਧੀਆ ਚੱਲ ਰਿਹਾ, ਅਤੇ ਮੈਂ ਕਿਹਾ ਵੀ ਕਹਿੰਦਾ ਤੁਹਾਡੇ ਪਿੰਡ, ਤੁਹਾਡੇ ਪਿੰਡ ਦੇ ਬੰਦੇ ਨੇ ਖਰਾਬ ਕਰਤਾ। ਮੈਂ ਕੀ ਨੇ? ਕਹਿੰਦਾ ਤੁਹਾਡੇ ਕਮੇਟੀ ਵਾਲੇ ਇੱਕ ਨਾਰੇ ਨੇ ਅਤੇ ਇੱਕ ਜੈਬੇ ਨੇ, ਇੱਕ ਹਾਕਮ ਨੇ। ਮੈਂ ਕਿਹਾ ਵੀ ਉਹ ਕਿਵੇਂ? ਕਹਿੰਦਾ ਜਿੱਦੇ ਬਾਬਾ ਦਾਖਲ ਹੋਇਆ ਉਹਦੇ 18 ਕਰੋੜ ਰੁਪਈਆ ਇੱਥੇ ਮਤਲਬ ਪਿਆ ਸੀਗਾ। ਅੱਛਾ, ਹਾਂ, ਗੁਰਦੁਆਰਾ ਸਾਹਿਬ ਉਹ ਜਦੋਂ ਦਾਖਲ ਹੋਇਆ ਤਾਂ 9 ਕਰੋੜ ਰੁਪਈਆ ਥੈਲਾ ਇੱਕ ਜੈਬੇ ਨੂੰ ਚੁਕਾਇਆ ਉਹਨੇ, ਇੱਕ ਚੁਕਾਇਆ ਨਾਰੇ ਨੂੰ। ਠੀਕ ਹੈ ਜੀ, 18 ਕਰੋੜ ਰੁਪਈਆ ਮਤਲਬ ਇਹਨਾਂ ਕੋਲ ਉਹਦੇ ਗਿਆ, ਉਦੋਂ ਬਾਅਦ ਸਾਰਾ ਕੰਮ ਤਾਂ ਹੀ ਗੈਪ ਹੋ ਗਿਆ। 18 ਕਰੋੜ ਰੁਪਈਆ ਇੱਕ ਦਿਨ ਦੀ ਮਤਲਬ ਇੱਥੇ ਕਲੈਕਸ਼ਨ। ਇਹ ਜਿਹੜੀ ਚਾਸਵਾਲ ਅਕਾਲਗੜ੍ਹ ਗੁਰਦੁਆਰੇ 'ਚ ਭਾਈ ਰਣਜੀਤ ਸਿੰਘ, ਜਿਹੜਾ ਨਿਰਮਲ ਸਿੰਘ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ, ਇੱਕੋ ਹੀ ਬੰਦਾ? ਦੋਨੇ ਨਾਂ ਉਹਦੇ ਇੱਕ ਦੇ ਨੇ, ਇੱਕ ਬੰਦੇ ਦੇ ਦੋ ਨਾਂ ਨੇ? ਹਾਂਜੀ ਹਾਂ ਹਾਂਜੀ, ਠੀਕ ਹੈ। ਹਾਂਜੀ, ਨਿਰਮਲ ਸਿੰਘ ਵੀ ਅਤੇ ਬਾਕੀ ਰਣਜੀਤ ਸਿੰਘ ਉਹਦੇ ਨਾਂ ਨੇ। ਇੱਕ ਜਿਵੇਂ ਭਾਈ ਸਾਹਿਬ ਤੁਹਾਡਾ ਨਾਮ ਕੀ? ਨਿਰਭੈ ਸਿੰਘ ਜੀ। ਜਿਵੇਂ ਆਪਾਂ ਨੂੰ ਨਿਰਭੈ ਸਿੰਘ ਨੇ ਦੱਸਿਆ, ਜਿਹੜਾ ਚਾਸਵਾਲ ਗੁਰਦੁਆਰਾ ਪਾਸੋਂ ਦੇ ਨੇੜੇ ਹੈ, ਸ਼੍ਰੀ ਅਕਾਲਗੜ੍ਹ ਗੁਰਦੁਆਰਾ ਸਾਹਿਬ ਦਾ ਨਾਮ ਹੈ, ਉੱਥੇ ਜਿਹੜਾ ਇੰਟਰਵਿਊ ਦੇ ਵਿੱਚ ਆਪਾਂ ਸਭ ਨੇ ਸੁਣਿਆ ਹੋਣਾ, ਉਹ ਆਪਣਾ ਨਾਮ ਭਾਈ ਰਣਜੀਤ ਸਿੰਘ ਦੱਸ ਰਹੇ ਨੇ, ਪਰ ਨਿਰਭੈ ਸਿੰਘ ਦੇ ਦੱਸਣ ਮੁਤਾਬਕ ਉਹਦਾ ਅਸਲੀ ਨਾਮ ਨਿਰਮਲ ਸਿੰਘ, ਦੋ ਨਾਮ ਨੇ। ਅਤੇ ਇਹਨਾਂ ਨੂੰ ਉਸਨੇ ਦੱਸਿਆ ਕਿ 18 ਕਰੋੜ ਰੁਪਈਆ ਥੈਲਿਆਂ 'ਚ ਪਾ ਕੇ ਦੋ ਬੰਦੇ ਲਿਆਏ ਨੇ, ਕੁਠਾਲੇ ਪਿੰਡ ਦੇ। ਹਾਂਜੀ ਹਾਂਜੀ, ਨਾਰਾ ਅਤੇ ਇੱਕ ਆਪਣੇ ਅਜੈ ਸਿੰਘ, ਤੁਹਾਡਾ ਪਿੰਡ ਇਹੀ ਕੁਠਾਲਾ? ਹਾਂਜੀ ਹਾਂਜੀ, ਬਿਲਕੁਲ ਜੀ, ਕੁਠਾਲੇ ਪਿੰਡ। ਫੁੱਲ ਗਵਾਹੀ ਦਿੰਦੇ ਆ, ਠੀਕ ਹੈ, ਵੀ ਇਹਨਾਂ ਪੈਸੇ ਲਏ ਨੇ, ਚੱਕੇ ਨੇ ਥੈਲਿਆਂ 'ਚ ਪਾ ਕੇ, ਠੀਕ ਹੈ, ਮੈਂ ਗਵਾਹੀ ਦਿਉਂ ਫੌਜ ਇੱਥੇ ਮਾਰ। ਇੱਕ ਉਹਨਾਂ ਦੀ ਜਿਹੜੀ ਗੁਰਮੇਲ ਸਿੰਘ ਦੇ ਪਰਿਵਾਰ ਹੈ, ਉਹ ਕਹਿ ਰਿਹਾ ਕਿ ਪਿੰਡ ਦੇ ਵਿੱਚ 20-20 ਲੱਖ ਦੀਆਂ ਗੱਡੀਆਂ ਆ ਗਈਆਂ, ਹਾਂਜੀ, ਸਾਡੇ ਕੋਲ ਕੁਛ ਨਹੀਂ, ਉਹਨਾਂ ਨੇ ਪੈਸਾ ਬਹੁਤ ਬਣਾਇਆ, ਗੱਡੀ ਵੀ ਲਿਆਇਆ ਕੋਈ ਬੰਦਾ, ਉਹ ਕਹਿ ਰਹੇ ਗੱਡੀਆਂ ਲੈ ਕੇ ਨਹੀਂ, ਹਾਕਮ ਕੋਲੇ ਆ, ਜੈਬੇ ਕੋਲੇ ਆ, ਤੇ ਬਾੜੀਆਂ ਵੀ ਪਵਾਈਆਂ ਨੇ, ਬਹੁਤ ਕੁਝ ਕੀਤਾ, ਬਾੜੀਆਂ ਵੀ ਪਵਾਈਆਂ ਨੇ, ਉਹਦੀ ਮਾਂ ਨੇ, ਹਾਕਮ ਸਿੰਘ ਦੀ ਮਾਂ ਨੇ ਬਾੜੀਆਂ ਪਵਾਈਆਂ ਨੇ, ਮੈਥੋਂ ਪਛਾਣ ਲਓ ਜਿੰਨਾ ਮਰਜ਼ੀ, ਜਿੱਥੇ ਮਰਜ਼ੀ ਠੋਕ ਕੇ ਕਰਾ ਲਿਓ ਗੱਲ। ਜਿਸ ਦਿਨ ਦਾ ਇਹ ਹਾਦਸਾ ਹੋਇਆ, ਹੁਣ ਵਾਕਿਆ ਹੋਇਆ, ਕੋਈ ਰਿਪੋਰਟ ਦਿੱਤੀ ਹੈ ਪ੍ਰਸ਼ਾਸਨ ਨੂੰ ਤੁਸੀਂ? ਤੁਸੀਂ ਰਿਪੋਰਟ ਦਿੱਤੀ ਹੈ ਆਪਣੇ
ਰਾਮ ਸਿੰਘ ਨੇ ਦਿੱਤੀ ਹੈ ਜੀ, ਮੈਂ ਜਣੀ ਆਪਦੀ ਐਪਲੀਕੇਸ਼ਨ ਕੱਲ ਨੂੰ ਦੇ ਕੇ ਆਉਣੀ ਹੈ। ਤੁਸੀਂ ਕਿੱਥੇ ਹੋਰ ਰਿਪੋਰਟ ਕਿੱਥੇ ਦੇ ਕੇ ਆਏ ਨੇ? ਮੈਂ ਐਸਐਚਓ ਦੇ ਦਿੱਤੀ ਆਪਣੇ, ਕਿਹੜੇ ਐਸਐਚਓ ਦਿੱਤੀ ਸਰ? ਕਿਹੜੇ ਥਾਣੇ 'ਚ? ਸੰਧੌਰ ਥਾਣੇ ਨੇ। ਵੱਡੀ ਗਿਣਤੀ ਜਿਹੜੇ ਪੈਸੇ ਮੰਗਣ ਆ ਰਹੇ ਨੇ ਆਪਣੇ, ਜਿਵੇਂ ਬਾਬੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਅਸਟਾਮ ਲੈ ਰਹੇ ਨੇ, ਪਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਕਿਸੇ ਕਿਸਮ ਦਾ ਅਸਟਾਮ ਨਹੀਂ ਲਿਆ, ਸਿਰਫ ਇੱਕ ਘੋਸ਼ਣਾ ਪੱਤਰ ਬਾਬਾ ਲੈਂਦਾ ਸੀ। ਹਾਂਜੀ ਹਾਂਜੀ ਹਾਂਜੀ। ਤੇ ਆਪਣੀ ਉਹਨਾਂ ਦੀ ਫਾਰਮੈਲਿਟੀ ਹੈ, ਉਹਦਾ ਫਾਰਮੈਲਿਟੀ ਆ, ਉਹ ਨਹੀਂ ਹੈ, ਉਹਦਾ ਵੀ ਫਾਰਮੈਲਿਟੀ, ਅਸੀਂ ਰੁਪਈਏ ਗੁਰਦੁਆਰੇ ਵਾਸਤੇ ਨਹੀਂ ਲਾਏ। ਸੋ ਇਹ ਲਾਲਚ ਦੇ ਵਿੱਚ ਆ ਕੇ ਸਾਰੇ ਲੋਕਾਂ ਨੇ ਰੁਪਈਏ ਲਾਲਚ ਦਿੱਤੇ, ਇਹਨਾਂ ਨੇ ਇੱਕ ਚਿੱਟ ਫੰਡ ਕੰਪਨੀ ਦੀ ਤਰ੍ਹਾਂ ਆਪਣਾ ਪੈਸਾ ਵਧਾਉਣ ਵਾਸਤੇ, ਕਿਉਂਕਿ ਅੱਜ ਇੱਕ ਹਰ ਇਨਸਾਨ ਚਾਹੁੰਦਾ ਕਿ ਮੇਰੀ ਆਮਦਨ ਬਹੁਤ ਜ਼ਿਆਦਾ ਵਾਜੇ, ਮੈਂ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਚਲਾਵਾਂ। ਜੇ ਆਪਾਂ ਇੱਕ ਪੇਂਡੂ ਭਾਸ਼ਾ 'ਚ ਕਹੀਏ ਤਾਂ ਇਹ ਲਾਲਚ ਵੱਸ ਹੋ ਕੇ ਇਹਨਾਂ ਨੇ ਆਪਣਾ ਨੁਕਸਾਨ ਕਰਾਇਆ। ਪਰ ਇਸ ਵੀਰ ਦੇ ਉੱਪਰ ਤਰਸ ਬਹੁਤ ਆ ਰਿਹਾ, ਜਿਹਨੇ ਆਪਣੀ ਗੁੱਡੀ ਦਾ ਵਿਆਹ ਕਰਨਾ ਸੀ ਅਤੇ ਉਹਦੀ ਧੀ ਜਵਾਨ ਜਿਹੜੀ ਘਰ ਬੈਠੀ ਹੈ, 75,000 ਵੀ ਬਾਬਾ ਇਹਨਾਂ ਨੂੰ ਵਾਪਸ ਨਹੀਂ ਕਰ ਸਕਿਆ, ਜਿਵੇਂ ਇਹ ਵੀਰਾਂ ਨੇ ਦੱਸਿਆ। ਇਹ ਹੋਰ ਵੀਰ ਨੇ ਇਸੇ ਪਿੰਡ ਦੇ, ਬਹੁਤ ਵੱਡੀ ਗਿਣਤੀ ਹੈ। ਅਤੇ ਆਪਾਂ ਮਿਲਦੇ ਹਾਂ ਅਗਲੀ ਵਾਰੀ ਫਿਰ, ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।